ਜਹਾਜਗੜ ਵਿਖੇ ਪੁਰਾਣੇ ਟਾਇਰਾਂ ਨੂੰ ਰਿਪੇਅਰ ਦਾ ਕੰਮ ਕਰਨ ਵਾਲੀ ਦੁਕਾਨ ਨੰਬਰ 53 ਵਿਖੇ ਅੱਗ ਲੱਗ ਗਈ। ਦੱਸਿਆ ਗਿਆ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪੁੱਜ ਗਈ। ਇਹ ਚਾਲੀਗੜ ਟਾਇਰਾਂ ਦੀ ਦੁਕਾਨ ਨੂੰ ਬਹੁਤ ਜ਼ਿਆਦਾ ਲੱਗੀ ਹੈ ਸਰ। ਹਾਂਜੀ, ਕੰਟਰੋਲ ਕਰ ਲਿਆ, ਇਹਦਾ ਤਾਂ ਪਤਾ ਨਹੀਂ ਸਰ ਕਿੱਦਾਂ ਲੱਗੂ ਯਾਰ। ਨੁਕਸਾਨ ਤਾਂ ਕਾਫੀ ਹੈ ਸਰ, ਉੱਪਰ 5-6 ਗੱਡੀਆਂ ਲੱਗੀਆਂ ਸਰ। ਇਹ ਇਹਨਾਂ ਦੇ ਕਹਿਣ ਮੁਤਾਬਕ ਸ਼ਾਰਟ ਸਰਕਟ ਹੋਇਆ, ਉੱਤੇ ਇਹਨਾਂ ਦਾ ਪ੍ਰੋਜੈਕਟ ਲੱਗਾ, ਜਿਹੜੇ ਪੁਰਾਣੇ ਟਾਇਰਸ ਨੂੰ ਇਹ ਰਿਪੇਅਰ ਕਰਦੇ ਆ, ਉਸ ਪ੍ਰੋਜੈਕਟ ਦੇ ਵਿੱਚ ਇਹਨਾਂ ਦਾ ਸ਼ਾਰਟ ਸਰਕਟ ਹੋਇਆ। ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਇੰਸਟੀਗੇਸ਼ਨ ਬੁਝਾਉਣ ਦੀ, ਪਰ ਨਹੀਂ ਬਣੀ ਗੱਲ। ਉਹ ਥੋੜ੍ਹਾ ਜ਼ਿਆਦਾ ਭੜਕੀ ਗਈ, ਪਰ ਫਿਰ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।